जिला तरन तारण के अधीन पेंदे पिंड विड़िंग सूबा विखे खेतां विच रहिंदे परिवार के घर के एक कमरे नूं सन लगा के चोरां वल्लों चोरी करन दा मामला सामने आया है। इस संबंधी जानकारी दिंदे गुरमेज सिंह पुत्तर मेजर सिंह दे परिवारिक मैंबरां ने दस्सिया कि लगभग 1:30 बजे घर के एक कमरे नूं सन लगा के चोर अलमारी विचों 2 चांदी के कड़े 271 विदेश के रियाल ते लगभग 7,000 नकदी चोरी करके लै गए, जबकि परिवारक मेंबर लॉबी विच सुत्ते सन। जद खड़का होण ते परिवार ने बूहा खोल के देखिया तां चोर उत्थों फरार हो गए सन। परिवारक मेंबरां ने पुलिस प्रशासन कोलों चोरां नूं जल्द फड़न दी मंग कीती है। इस मौके ते खडूर साहिब चौंकी दे अधिकारी दा कहना है कि जल्द चोरां नूं काबू कर लिया जाएगा। लगातार हो रही चोरियां बारे पुछण ते कोई स्पष्ट जवाब नहीं दिता। हांजी भाई, की नाम तुहाडा? इकबाल सिंह है जी, मैं किसान संघर्ष कमेटी दा आगू हां। की कहोगे जिहड़ा है ਸਨ ਲਗਾ ਕੇ ਚੋਰੀ ਕੀਤੀ ਗਈ, ਚੋਰਾਂ ਦਿਨ ਬੈ ਦਿਨ ਜਿਹੜੇ ਹੌਸਲੇ ਬੁਲੰਦ ਹੁੰਦੇ ਆ ਰਹੇ? ਇਹ ਸਰਦਾਰ ਗੁਰਮੇਜ ਸਿੰਘ ਦੇ ਘਰ ਜਿਹੜੀ ਰਾਤ ਚੋਰੀ ਹੋਈ ਆ, 1 ਤੋਂ 1:30 ਵਜੇ ਲਗਭਗ ਚੋਰੀ ਹੋਈ ਆ। ਪਿੰਡ ਦੇ ਵਿੱਚ ਬਹੁਤ ਜ਼ਿਆਦਾ ਅਮਲੀ ਆ, ਚੋਰ ਆ, ਅਤੇ ਉਹ ਰਾਤ ਦਿਨ ਕਦੀ ਕਿਸੇ ਦਾ ਟਰਾਂਸਫਾਰਮ, ਇਹ ਤੋਂ ਪਹਿਲਾਂ 5-7 ਦਿਨ ਪਹਿਲਾਂ ਮੇਰਾ ਟਰਾਂਸਫਾਰਮ ਚੋਰੀ ਕੀਤਾ। ਇੱਦਾਂ ਹੋਰ ਪਿੰਡਾਂ 'ਚ ਵਾਰਦਾਤਾਂ ਹੋਈ ਜਾਂਦੀਆਂ ਵਾ, ਅਤੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾਂਦੇ। ਜਿਹੜੀ ਪੁਲਿਸ ਆ ਉਹ ਨਾਕਾਮ ਆ, ਕਿਉਂਕਿ ਜਿੰਨੀਆਂ ਚੋਰੀਆਂ ਹੋ ਰਹੀਆਂ ਵਾ, ਕਿਤੇ ਨਾ ਕਿਤੇ ਕਸੂਰ ਸਾਹਿਬ ਮੇਲੇ 'ਤੇ 5 ਮੋਟਰਸਾਈਕਲ ਚੋਰੀ ਹੋਇਆ, ਇੱਦਾਂ ਸਾਡਾ ਬਾਬੇ ਪਕਾਲੇ ਤੋਂ ਪਹਿਲਾਂ ਮੋਟਰਸਾਈਕਲ ਚੁੱਕਿਆ ਗਿਆ ਵਾ, ਪਰ ਪੁਲਿਸ ਜਿਹੜੀ ਆ ਉਹ ਆਪਦੀ ਡਿਊਟੀ ਤੋਂ ਕਤਾਈ ਕਰ, ਕਿਤੇ ਨਾ ਕਿਤੇ ਕਤਾਈ ਕਰ ਰਹੀ ਆ। ਜੇ ਪੁਲਿਸ ਇਹਨਾਂ ਨੂੰ ਜਿਹੜੇ ਚੋਰ ਆ ਸਰੇਆਮ ਘੁੰਮਦੇ ਫਿਰਦੇ ਆ, ਸਰੇਆਮ ਚੋਰੀਆਂ ਕਰਦੇ ਫਿਰਦੇ ਆ, ਕਿਸੇ ਦੀ ਵਾਲੀਆਂ ਲਾ ਲਈਆਂ, ਕਿਸੇ ਦਾ ਮੋਟਰਸਾਈਕਲ ਲਿਆ, ਕਿਸੇ ਭੈਣ ਦੀ ਜਾਂਦੀ ਸਕੂਟਰੀ ਖੋਲ੍ਹੀ, ਅਤੇ ਜੇ ਪੁਲਿਸ ਇਹਨਾਂ ਨੂੰ ਨੱਥ ਪਾਵੇ ਤਾਂ ਹੋ ਸਕਦਾ, ਨਹੀਂ ਤਾਂ ਜੋ ਆਹ ਅੱਜ ਦੇ ਹਾਲਾਤ ਬਣਦੇ ਤਾਂ ਜੰਗਲ ਵਰਗੇ ਹਾਲਾਤ ਬਣ ਗਏ। ਵੀ ਲੋਕ ਅਗਲੇ ਬੰਨੇ ਘਰ ਦੇ ਸੁੱਤੇ ਆ, ਮਗਰਲੇ ਬੰਨੇ ਸੰਨ ਲਾ ਕੇ ਉਹਨਾਂ ਸਮਾਨ ਚੋਰੀ ਕੀਤਾ ਵਾ। ਸਾਡੀ ਪ੍ਰਸ਼ਾਸਨ ਕੋਲ ਮੰਗ ਆ ਵੀ ਇਹ ਜਿਹੜੇ ਚੋਰ ਆ ਇਹਨੂੰ ਪਕੜਿਆ ਜਾਵੇ ਅਤੇ ਇਹਨਾਂ ਨੂੰ ਨੱਥ ਪਾਈ ਜਾਵੇ, ਨਹੀਂ ਤਾਂ ਉਹ ਨਾ ਹੋਵੇ ਲੋਕ। ਅਤੇ ਘਰ 'ਚ ਜਿਹੜਾ ਇੱਕ ਆਦਮੀ ਘਰ ਸੁੱਤਾ ਹੁੰਦਾ, ਸੁੱਤਾ ਮਰਿਆਂ ਦੇ ਬਰਾਬਰ ਹੁੰਦਾ ਵਾ, ਅਤੇ ਜਿਹੜੀ ਸਰਕਾਰ ਆ ਜਾਂ ਪ੍ਰਸ਼ਾਸਨ ਆ ਆਪਣੀ ਡਿਊਟੀ 'ਤੇ ਨਾਕਾਮ ਆ, ਇਹਨਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ। ਔਰ ਜਿਹੜੇ ਪਿੰਡਾਂ 'ਚ ਇਹਨਾਂ ਨੂੰ ਯਾਦ ਆ ਵੀ ਚੋਰੀਆਂ ਕਰਦੇ ਫਿਰਦੇ ਜਾਂ ਅਮਲੀ, ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਵਾ। ਯਾਦਵਿੰਦਰ ਸਿੰਘ ਕੀ ਹੈਗੇ ਜੋ ਪਿੰਡ ਦੇ? ਪਿੰਡ ਦਾ ਮੌਜੂਦਾ ਸਰਪੰਚ ਹਾਂ ਮੈਂ। ਸਰਪੰਚ ਸਾਹਿਬ, ਕੀ ਕਹੋਗੇ ਤੁਹਾਡੇ ਇੱਥੇ ਬਾਈਕਾਂ ਦੇ ਚੋਰੀ ਹੋਈ ਆ? ਬੜੀ ਮਾੜੀ ਘਟਨਾ ਵਾਪਰੀ ਜੀ ਇਹ, ਮਤਲਬ ਇਹ ਗੱਲਾਂ ਵੇਖ ਕੇ ਬੜਾ ਹੈਰਾਨਗੀ ਹੁੰਦੀ ਆ ਵੀ ਵੇਖੋ ਇਸ ਤਰ੍ਹਾਂ ਆਣ ਕੇ ਕਰਨਾ, ਮਤਲਬ ਘਰਾਂ 'ਚ ਘਰ ਆ ਬਾਈਕਾਂ ਵਾ, ਲਾਗੇ ਹੋਰ ਵੀ ਬਾਈਕਾਂ ਵਾ, ਪਰ ਬੜੀ ਮਾੜੀ ਘਟਨਾ ਹੋਈ ਹੈ ਜੀ ਇਹ। ਮਤਲਬ ਇਹਦੀ ਚਲੋ ਬਾਕੀ ਪੁਲਿਸ ਤਫਤੀਸ਼ ਕਰਨ ਡਈ ਆ, ਇਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ, ਜਿਹੜੇ ਬੰਦੇ ਫੜ ਕੇ ਇਹਨਾਂ ਦੇ ਕਾਨੂੰਨੀ ਤੌਰ 'ਤੇ ਇਹਨਾਂ ਦੇ ਪਰਚੇ ਹੋਣੇ ਚਾਹੀਦੇ। ਕੀ ਨਾਂ ਜੀ? ਮੇਰਾ ਨਾਮ ਜਗਰਾਜ ਸਿੰਘ ਆ ਜੀ। ਕਿਹੜਾ ਪਿੰਡ? ਪਿੰਡ ਵੜਿੰਗ ਸੂਬਾ ਸਿੰਘ ਆ। ਕੀ ਕਹੋਗੇ ਤੁਹਾਡੀ ਜਿਹੜੀ ਚੋਰੀ ਹੋਈ ਬੀਤੀ ਰਾਤ? ਇਹ ਦੇਰ ਰਾਤ 1:30 ਕੁ ਵਜੇ ਦੇ ਕਰੀਬ ਚੋਰੀ ਹੋਈ ਆ, ਅਤੇ ਇਹ ਕੀਮਤੀ ਸਮਾਨ ਲੈ ਗਏ ਚੋਰ, ਅਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਤੁਸੀਂ ਕਿੱਥੇ ਸੀ ਉਦੋਂ? ਤੁਹਾਡਾ ਪਰਿਵਾਰ ਬਾਕੀ ਕਿੱਥੇ ਸੁੱਤਾ ਜੀ? ਅਸੀਂ ਇੱਥੇ ਲੌਬੀ 'ਚ ਸੁੱਤੇ ਹਾਂ, ਅਤੇ ਸਾਨੂੰ ਖੜੱਕਾ ਆਇਆ ਥੋੜ੍ਹਾ ਜਿਹਾ, ਅਤੇ ਅਸੀਂ ਉੱਠ ਕੇ ਆਏ, ਅਤੇ ਉਨੀ ਦੇਰ ਨੂੰ ਭੱਜ ਗਏ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਉੱਠ ਗਏ। ਜੀ ਬਾਪੂ ਜੀ, ਕੀ ਨਾਮ ਤੁਹਾਡਾ ਜੀ? ਗੁਰਮੇਜ ਸਿੰਘ ਹੈ ਜੀ। ਗੁਰਮੇਜ ਸਿੰਘ ਜੀ, ਤੁਹਾਡੇ ਜਿਹੜੇ ਖੇਤਾਂ ਦੇ ਵਿੱਚ ਘਰ ਹੈ ਅਤੇ ਸੰਨ ਲਗਾ ਕੇ ਚੋਰੀ ਕੀਤੀ ਗਈ ਹੈ, ਕਿੰਨੇ ਕੁ ਵਜੇ ਘਟਨਾ ਅਤੇ ਕੀ ਕੁਛ ਲੈ ਕੇ ਗਏ ਜੀ? ਅਤੇ ਸਾਹਿਬ ਜੀ, 1 ਵਜੇ ਤੋਂ ਬਾਅਦਾਂ ਦੀ ਗੱਲ, ਸਾਨੂੰ 1:30 ਵਜੇ ਪਤਾ ਲੱਗਾ ਜੀ ਜਦੋਂ ਅੰਦਰ ਖੜਾਕ ਹੋਇਆ, ਅਤੇ ਅਸੀਂ ਵੇਖਿਆ ਵੀ ਇੱਧਰ ਚਾਨਣ ਆਉਣ ਡਿਆ ਅੰਦਰੋਂ, ਅਤੇ ਅਸੀਂ ਬਾਗ ਦਾ ਕੁੰਡਾ ਲਾ ਦਿੱਤਾ ਵਾ ਵੀ ਬੰਦਾ ਚੱਲ ਅੰਦਰ ਘੇਰਿਆ ਜਾਊਗਾ। ਉਹ ਦਾਦਾ ਅਸੀਂ ਦਾਤਰ ਕਿਰਪਾਨ ਫੜੇ ਆ, ਅਤੇ ਬੂਹਾ ਖੁੱਲ੍ਹਾ ਗਾੜੀ ਕੁਝ ਨਹੀਂ, ਮਗਰਲੇ ਬੰਨੇ ਸੰਨ ਲੱਗੇ ਆ। ਤੁਸੀਂ ਕਿੱਥੇ ਸੁੱਤੇ ਹੋ ਜੀ? ਮੈਂ ਜੀ ਬਾਹਰ ਇੱਥੇ ਵਿਹੜੇ ਸੁੱਤਾ ਹਾਂ, ਅਤੇ ਬੱਚਾ ਇੱਥੇ ਅੰਦਰ ਬਾਹਰ ਬਰਾਂਡੇ ਲੋਬੀ ਸੁੱਤਾ ਹੈ। ਕਿੰਨਾ ਕੁ ਜਿਹੜਾ ਤੁਹਾਡਾ ਨੁਕਸਾਨ? ਕਿੰਨਾ ਨੁਕਸਾਨ ਸਾਡਾ ਜੀ? 6-7 ਹਜ਼ਾਰ ਰੁਪਈਆ ਹੋਣਾ ਸੋਟੂ ਦਾ ਬੁਗਨੀ 'ਚ, ਅਤੇ ਦੋ ਜੋੜੀਆਂ ਕੜਿਆਂ ਦੀਆਂ ਸੀ ਆਪਣੇ ਚਾਂਦੀ ਦੀਆਂ, ਅਤੇ 200 ਗ੍ਰਾਮ ਬਾਹਰ ਦਾ, ਇਹੋ ਸਾਡਾ ਨੁਕਸਾਨ ਹੋਇਆ। ਕੀ ਮੰਗ ਕਰਦੇ ਜੋ? ਮੰਗ ਕਰਦੇ ਚਲੋ ਕਿਤੇ ਚੋਰ ਚਾਰ ਫੜਿਆ ਜਾਵੇ। ਹਾਂਜੀ ਸਰ, ਕੀ ਕਹੋਗੇ ਜਿਹੜਾ ਬਾਈਕਾਂ 'ਤੇ ਚੋਰੀ ਹੋਈ ਹੈ ਅਤੇ ਮੌਕੇ 'ਤੇ ਪੁੱਜੇ ਜੋ? ਹਾਂਜੀ ਸਰ, ਬਾਕੀ ਮੌਕਾ ਵੇਖ ਲਿਆ ਜੀ, ਅਤੇ ਬਾਕੀ ਇਹਨਾਂ ਦਰਖਾਸਤ ਦਿੱਤੀ ਆ ਆਪਣੇ ਮੁੰਡੇ ਸਾਹਿਬ ਲਿਖੇ ਨਾ ਜੀ, ਜੋ ਫੜਾ ਜਲਦੀ ਜਲਦੀ ਫੜਾਂਗੇ ਇਹਨਾਂ ਨੂੰ ਉੱਥੇ ਮਿਲੇ। ਹੈ ਲੋਕਾਂ ਦਾ ਰੋਸ ਆ ਕਿ ਲਗਾਤਾਰ ਘਟਨਾਵਾਂ ਚੋਰੀ ਦੀਆਂ ਵਾਪਰ ਰਹੀਆਂ ਨੇ, ਤਾਂ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਲੋਕ ਕਹਿ ਰਹੇ ਅਤੇ ਨਾਕਾਮ ਸਾਬਤ ਹੋ ਰਿਹਾ, ਕੀ ਕਹਿਣਾ ਚਾਹੋਗੇ? ਲੋਕ ਤਾਂ ਹੁਣ ਕਹਿੰਦੇ ਆ ਸਰ, ਹੁਣ ਪੁਲਿਸ ਤਾਂ ਆਪਣੀ ਕਾਰਵਾਈ ਕਰਨ ਡਈ ਹੈ, ਅਤੇ ਇਹ ਆ ਵੀ ਚਲੋ ਆਪਣੀ ਸੁਰੱਖਿਆ ਆਪ ਖੁਦ ਵੀ ਚਾਹੀਦੀ ਹੈ, ਕੈਮਰੇ ਵੀ ਚਾਹੀਦੇ ਲਾਉਣੇ ਬਾਈਕਾਂ ਦੇ, ਲਾਈਟ ਲੂਟ ਲਗਾ ਕੇ ਰੱਖਣੇ। ਬਾਕੀ ਤੁਹਾਨੂੰ ਪਤਾ ਹੀ ਹੁਣ ਚੋਰੀ ਤਾਂ ਹੁਣ ਹੋਣ ਡਈਆਂ, ਤੁਹਾਨੂੰ ਪਤਾ ਹੀ ਆ। ਧੰਨਵਾਦ ਜੀ। ਪੱਟੀ ਤੋਂ ਬਲਜੀਤ ਸਿੰਘ ਦੀ ਰਿਪੋਰਟ।